हाँ जी मित्रों, हेलो मित्रों, आज के मैं सारे आई हो सारे ठीक होंगे ते सारे नु मेरे वालों बहुत-बहुत मुबारक है। हैप्पी दिवाली सब नु। दिवाली दी सब नु बधाईयां भाई, सब दी दिवाली वधिया होवे, खुशियां वधिया खुशियां लियावे, सारा साल भर खुशियां होण ते जिउंदे रहो, बसदे रहो, तंदुरुस्तियां देवे मालिक थानू। सोनम मैनूं इह दस दो सोनम बारे, किन्ने महीने दी होगी साडा बच्चा? नन्ने वड़दा 8 महीने दा हो गया। अठ महीने का हो गया, ठीक है जी। किवें सेहत? बहुत वधिया, ठीक है सेहत। हाँ जी वीरो, सत श्री अकाल जी सारे नूं, बहुत बहुत स्वागत है तुहाडा सारिआं दा। अज दी वीडियो दे विच सज्जनों, अज हैगी आ दिवाली, ते दिवाली दीआं सारे वीरां नूं बहुत बहुत मुबारकां ਜਿੰਨੇ ਵੀ ਦੇਸ਼ ਵਿਦੇਸ਼ਾਂ ਦੇ ਵਿੱਚ ਵੱਸਦੇ ਹੋ, ਸਾਡੇ ਵੱਲੋਂ, ਸਾਡੇ ਯੂਟਿਊਬ ਪਰਿਵਾਰ ਵੱਲੋਂ, ਸਾਡੇ ਫੇਸਬੁੱਕ ਪਰਿਵਾਰ ਵੱਲੋਂ, ਸਾਡੇ ਆਪਦੇ ਪਰਿਵਾਰ ਵੱਲੋਂ, ਅਤੇ ਸਾਰਾ ਪਰਿਵਾਰ ਆਪਦਾ ਹੀ ਹੈ, ਸਾਰਿਆਂ ਵੱਲੋਂ ਦਿਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ, ਅਤੇ ਦੇਖਣ ਵਾਲੇ ਵੀਰਾਂ ਨੂੰ ਸਾਰਿਆਂ ਨੂੰ ਹੈਪੀ ਦਿਵਾਲੀ, ਜਿਉਂਦੇ ਵੱਸਦੇ ਰਹੋ। ਅਤੇ ਆਪਾਂ ਦਿਵਾਲੀ ਦੇ ਉੱਤੇ ਪਟਾਕੇ ਤਾਂ ਨਹੀਂ ਚਲਾ ਰਹੇ, ਪਟਾਕੇ ਤੁਹਾਨੂੰ ਵੀ ਮੈਂ ਇੱਕ ਸਲਾਹ ਦਿੰਦਾ, ਛੋਟੀ ਜਿਹੀ ਸਲਾਹ, ਚੰਗੀ ਲੱਗੀ ਤਾਂ ਮੰਨਿਓ ਜ਼ਰੂਰ, ਅਤੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਆਪਣੇ ਸੱਜਣਾਂ ਤੱਕ। ਅਤੇ ਪਟਾਕੇ ਮਚਾਉਂਗੇ, ਪਟਾਕਿਆਂ ਨੂੰ ਮਤਲਬ ਅੱਗ ਲਾਉਣੀ ਤਾਂ ਇੱਕ ਪੈਸਿਆਂ ਨੂੰ ਅੱਗ ਲਾਉਣ ਦੇ ਬਰਾਬਰ ਹੈ। ਦੀਵੇ ਲਾਓ, ਦੇਸੀ ਘਿਓ ਦੇ ਦੀਵੇ ਲਾਓ, ਨਾਲੇ ਤਾਂ ਆਲੇ ਦੁਆਲੇ ਚਾਨਣ ਹੋਊਗਾ, ਨਾਲੇ ਸੋਹਣਾ ਲੱਗਦਾ, ਨਾਲੇ ਕੁਦਰਤੀ। ਅਤੇ ਹੋਰ ਹੈ, ਤੁਹਾਨੂੰ ਇੱਕ ਚੀਜ਼ ਹੋਰ ਸਲਾਹ ਦਿੰਦਾ, ਜਿਹੜੇ ਦੀਵੇ ਲਾਉਣੇ ਆਪਾਂ ਨੇ ਉਹ ਮਤਲਬ ਵੀ ਬਾਜ਼ਾਰਾਂ ਤੋਂ ਖਰੀਦੀਆਂ ਹੋਈਆਂ ਜੋ ਰਬੜ ਦੇ ਪਲਾਸਟਿਕ ਦੇ ਹੁੰਦੇ ਆ, ਉਹਨਾਂ ਦੇ ਵਿੱਚ ਨਹੀਂ, ਮਿੱਟੀ ਦੇ ਵਿੱਚ ਦੀਵੇ, ਮਿੱਟੀ ਦੇ ਦੀਵਿਆਂ ਦੇ ਬਣੇ ਉਹ ਵਰਤੋ ਤੁਸੀਂ, ਠੀਕ ਹੈ ਜੀ, ਨਾਲੇ ਉਹ ਸਿਹਤ ਲਈ ਚੰਗੇ ਨੇ ਆਪਣੇ ਲਈ। ਅਤੇ ਪਟਾਕਿਆਂ ਤੋਂ ਤੁਹਾਨੂੰ ਫਿਰ ਮੈਂ ਕਹਿਣਾ ਵੀ ਪਟਾਕਿਆਂ ਤੋਂ ਥੋੜ੍ਹਾ ਜਿਹਾ ਬਚ ਕੇ, ਕਿਉਂਕਿ ਨਾਲੇ ਤਾਂ ਆਪਾਂ ਪੈਸੇ ਦੀ ਬਰਬਾਦੀ ਕਰਦੇ ਹਾਂ, ਆਪਾਂ ਐਵੇਂ ਐਵੇਂ ਆਪਦੇ ਘਰ ਖੁਸ਼ੀਆਂ ਮਨਾਉਣੀ ਹੈ, ਆਪਾਂ ਆਪ ਚੀਜ਼ਾਂ ਕਰ ਸਕਦੇ ਹਾਂ, ਮਤਲਬ ਸਿਹਤ ਨਾਲ ਆਪਾਂ ਸਿਹਤ ਦਾ ਬਚਾਅ ਰੱਖਣਾ। ਅਤੇ ਸਭ ਤੋਂ ਜ਼ਿਆਦਾ ਜਿਹੜਾ ਧੂੰਏ, ਜਿਹੜਾ ਪਟਾਕਿਆਂ ਦੇ ਦਾ ਧੂੰਆਂ ਹੁੰਦਾ ਹੈਗਾ, ਉਹ ਅੱਖਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਕਰਦਾ ਹੈਗਾ, ਸਾਹ ਦੀਆਂ ਪ੍ਰੋਬਲਮ ਆਉਂਦੀਆਂ ਨੇਗੀਆਂ, ਅੰਦਰ ਫੇਫੜਿਆਂ ਤੱਕ ਇਹ ਧੂੰਆਂ ਜਾਂਦਾ ਹੈਗਾ, ਜਿਵੇਂ ਆਪਾਂ ਪ੍ਰਦੂਸ਼ਣ ਹੁੰਦਾ, ਪ੍ਰਦੂਸ਼ਣ ਬਹੁਤ ਜ਼ਿਆਦਾ ਹੱਦ ਤੱਕ ਵੱਧ ਚੁੱਕਿਆ, ਪਰ ਆਪਾਂ ਜਿੰਨਾ ਬਚਾ ਸਕਦੇ ਹਾਂ ਉਨਾ ਬਚਾਓ। ਸਾਰਿਆਂ ਨੂੰ ਸਾਡੇ ਵੱਲੋਂ, ਸਾਡੇ ਪਰਿਵਾਰ ਵੱਲੋਂ, ਸਾਡੀ ਸੋਨਮ ਵੱਲੋਂ ਹੈਪੀ ਦਿਵਾਲੀ, ਜਿਉਂਦੇ ਵੱਸਦੇ ਰਹੋ, ਲਵ ਯੂ ਸਾਰਿਆਂ ਨੂੰ, ਸ਼ੇਅਰ ਕਰ ਦਿਓ।